ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਪਿੰਡ ਸੌਂਡਾ ਖੜ੍ਹੇ ਹਾਂ, ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਇਸ ਪਰਿਵਾਰ ਦੀ ਰਾਸ਼ਨ ਦੀ ਸੇਵਾ ਲਗਭਗ 2.5 ਸਾਲ ਤੋਂ ਚੱਲ ਢਾਈ ਰਹੀ ਸਾਲ ਹੈ, ਹੋ ਗਏ, ਹਾਂ, ਢਾਈ ਤੋਂ ਤਿੰਨ ਅਤੇ ਸਾਲ ਹੋ ਗਏ। ਕਿਸੇ ਨੇ ਆ ਘਰ ਪਾਤਾ, ਇਹਨਾਂ ਦਾ ਘਰ ਪੂਰਾ ਗਿਰ ਗਿਆ ਸੀਗਾ। ਬੜੀ ਚੰਗੀ ਗੱਲ ਹੈ, ਲੋਕ ਕਹਿੰਦੇ ਆ ਕਿ ਜਿਹੜੇ ਅਮੀਰ ਪਰਿਵਾਰ ਨੇ, ਜੋ ਪ੍ਰੋਸਪੈਰਸ ਪਰਿਵਾਰ ਨੇ, ਉਹ ਜ਼ਰੂਰ ਆਪਣੇ ਤੋਂ ਲੈੱਸ ਪ੍ਰਿਵਲੇਜ ਕਲਾਸ ਨੂੰ ਜ਼ਰੂਰ ਪੁੱਛਿਆ ਕਰਨ। ਅਤੇ ਬੜੀ ਅੱਛੀ ਗੱਲ, ਇੱਥੇ ਪੁੱਛਿਆ ਗਿਆ ਸੀ ਇਹਨਾਂ ਦਾ ਬਾਥਰੂਮ ਬਹੁਤ ਹੀ ਖਰਾਬ ਹਾਲਤ 'ਤੇ ਹੈ, ਅਤੇ ਮਾਤਾ ਜੀ ਕਹਿ ਰਹੇ ਸੀਗੇ ਕਿ ਆਪਾਂ ਬਾਥਰੂਮ ਬਣਾਉਣ ਦੇ ਵਿੱਚ ਸਹਿਯੋਗ ਕਰ ਦਈਏ। ਅਤੇ ਅਫਕੋਰਸ ਅਸੀਂ ਕਰਾਂਗੇ, ਇੱਕ ਕਾਫੀ ਹੱਦ ਤੱਕ ਇਹਨਾਂ ਕੋਲ ਇੱਟ ਵੀ ਪਈ ਆ। ਅਤੇ ਮਤਲਬ ਇਹਦੇ ਕਿਹਨੇ ਕਰ ਪਾਇਆ ਇਹ? ਤੇਜੀ ਆ ਉਹਦੇ ਨਾਲ ਮੁੰਡੇ। ਅੱਛਾ, ਹਾਂ, ਤੇ ਪਿੰਡ ਵਾਲੇ ਹੀ ਨੇ? ਹਾਂ ਹਾਂ। ਓਕੇ, ਚਲੋ, ਤੁਹਾਡਾ ਪੂਰਾ ਕੋਠਾ ਗਿਰ ਗਿਆ ਸੀ ਇੱਥੇ? ਹਾਂ ਹਾਂ ਵੀਰੇ, ਇੱਕ ਆ ਕਮਰਾ, ਦੋ ਖਾਣਾ। ਅੱਛਾ, ਇੱਥੇ ਹੁੰਦਾ ਸੀ ਨਾ ਪਹਿਲਾਂ? ਹਾਂ, ਪਹਿਲਾਂ ਉਰੇ ਹੁੰਦਾ। ਅੱਛਾ, ਗਿਰ ਗਿਆ ਸੀ ਪੂਰਾ? ਹਾਂ, ਗਿਰ ਗਿਆ ਸੀ। ਆ ਘਰ ਵੀ, ਅੱਛਾ, ਇੱਧਰ ਵੀ ਪਾਤਾ ਕਮਰਾ। ਚਲੋ, ਬਹੁਤ ਵਧੀਆ ਗੱਲ ਹੈ ਜੀ। ਦੋ ਕਮਰੇ ਸਾਡੇ ਪਾ ਦਿੱਤੇ। ਤੇ ਹੁਣ ਤੁਸੀਂ ਚਾਹੁੰਦੇ ਹੋ ਤੇਰਾ ਬਾਥਰੂਮ ਬਣ ਜਾਵੇ? ਹਾਂ ਹਾਂ, ਲੈਟਰਿੰਗ ਬਾਥਰੂਮ। ਕਿੰਨੇ ਕੁ ਦਾ ਖਰਚਾ ਹੋਊਗਾ, ਹੈ ਕੁਛ ਇਹਦਾ ਅੰਦਾਜ਼ਾ? 15,000 ਦੇ ਲਗਭਗ। 15,000 ਰੁਪਏ ਦੇ। ਚਲੋ, ਅਗਲੀ ਵਾਰ ਰਾਸ਼ਨ ਸੇਵਾ ਕਰਨ ਆਉਂਦੇ ਤਾਂ ਬਾਥਰੂਮ ਜ਼ਰੂਰ ਬਣਾ ਜਾਂਦੇ ਹਾਂ ਜੀ। ਚੰਗਾ ਵੀਰੇ, ਠੀਕ ਹੈ ਜੀ, ਪੱਕਾ ਬਣਾ ਦਾਂਗੇ, 3 ਮਹੀਨੇ ਬਾਅਦ ਤੁਹਾਡਾ ਬਣਾ ਦਾਂਗੇ। ਚੰਗਾ ਵੀਰੇ, ਠੀਕ ਹੈ ਜੀ।